ਅਮੇਜ਼ਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਵਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਅੱਜ ਦਾ ਕੌੜਾ ਸੱਚ। ਸਾਡੇ ਆਲੇ ਦੁਆਲੇ ਹੋ ਰਹੀਆਂ ਕੁਰੀਤੀਆਂ ਨੂੰ ਅਸੀਂ ਸਰਕਾਰ ਨੂੰ ਦੋਸ਼ ਦੇ ਰਹੇ ਹਾਂ ਕਿ ਸਰਕਾਰ ਕੁਛ ਜਿਹੜੇ ਕੁਰੀਤੀਆਂ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਕੋਈ ਕੰਮ ਨਹੀਂ ਕਰ ਰਹੀ, ਪਰ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਣਾ ਪੈਣਾ, ਉਸਦੀ ਸ਼ੁਰੂਆਤ ਸਾਨੂੰ ਆਪ ਕਰਨੀ ਪੈਣੀ। ਅਤੇ ਅੱਜ ਸਾਡਾ ਵਿਸ਼ਾ ਹੈ ਜੀ ਅਨਾਥ ਆਸ਼ਰਮ। ਅਤੇ ਉਸਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ ਜੀ ਭਾਈ ਸਰਤਾਜ ਸਿੰਘ ਜੀ ਬਸਰਾਵਾਂ ਤੋਂ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਅੱਜ ਦਾ ਜਿਹੜਾ ਸਾਡਾ ਵਿਸ਼ਾ ਅਨਾਥ ਆਸ਼ਰਮ, ਜੀ ਤੁਸੀਂ ਕਿਸ ਹੱਦ ਤੱਕ ਸਹਿਮਤ ਹੋ ਕਿ ਜਿਹੜੇ ਅਨਾਥ ਆਸ਼ਰਮ ਹੈ ਇਹ ਹੋਣੇ ਚਾਹੀਦੇ ਆ, ਕਿਉਂਕਿ ਸਾਡੇ ਇੰਡੀਆ ਦੇ ਵਿੱਚ ਅਨਾਥ ਆਸ਼ਰਮ ਬਹੁਤ ਹੀ ਗਿਣਤੀ ਦੇ ਵਿੱਚ ਨੇ ਜੀ, ਬਾਹਰਲੀਆਂ ਕੰਟਰੀਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਅਨਾਥ ਆਸ਼ਰਮ ਹੈਗੇ ਨੇ। ਗੁਰਬਾਣੀ ਦੇ ਵਿੱਚ ਦੋ ਸ਼ਬਦ ਆਉਂਦੇ ਨੇ ਨਾਥ ਅਨਾਥ। ਬਿਲਕੁਲ। ਅਨਾਥ ਦਾ ਅਰਥ ਆ ਵੀ ਜਿਹਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ। ਬਿਲਕੁਲ। ਤੇ ਜਿਹੜਾ ਅਨਾਥ ਹੋ ਗਿਆ ਉਹਨੂੰ ਜੀਵਨ ਵਿੱਚ ਕਿੰਨੀ ਕੁ ਦਰਦ, ਕਿੰਨੀ ਕੁ ਪੀੜਾ ਸਹਾਰਨੀ ਪੈਂਦੀ ਆ। ਜੇ ਇਸ ਪੱਖ ਨੂੰ ਵੇਖਣਾ ਹੋਵੇ ਤੇ ਆਪਾਂ ਗੁਰ ਇਤਿਹਾਸ ਦੇ ਪੰਨਿਆਂ ਵਿੱਚੋਂ ਭਾਈ ਜੇਠਾ ਜੀ ਦਾ ਜੀਵਨ ਵੀ ਵੇਖ ਸਕਦੇ ਹਾਂ। ਬਿਲਕੁਲ। ਔਰ ਸਪਸ਼ਟ ਗੁਰਬਾਣੀ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ, ਸਾ ਵਿਧ ਤੁਮ ਹਰ ਜਾਣੋ ਆਪੇ। ਬਿਲਕੁਲ। ਹਮ ਰੋਤੇ ਫਿਰਤੇ। ਬਿਲਕੁਲ। ਅਨਾਥ ਦਾ ਦਰਦ, ਹਾਂਜੀ, ਹਮ ਰੋਤੇ ਫਿਰਤੇ, ਕੋਈ ਬਾਤ ਨਾ ਪੁੱਛਦਾ। ਫਿਰ ਹੋਇਆ ਕਿ ਗੁਰ ਸਤਿਗੁਰ ਸੰਗ, ਤਿੰਨ ਗੱਲਾਂ ਹੋ ਗਈਆਂ। ਫਿਰ ਚੌਥੀ ਬਖਸ਼ਿਸ਼ ਕੀ ਹੋਈ? ਕੀਰੇ ਹਮ ਥਾਪੇ। ਬਿਲਕੁਲ। ਕੀੜੇ ਦਾ ਭਾਵ ਇੱਥੇ ਨਮਰਤਾ ਭਾਵ ਵੀ, ਕੀੜਿਆਂ ਵਾਂਗੂ ਅਨਾਥ ਹੋ ਕੇ ਮੈਂ ਜਿਵੇਂ ਕੀੜਾ ਰੋਲਦਾ ਫਿਰਦਾ ਸੀ, ਇੱਦਾਂ ਮੈਂ ਗਲੀਆਂ ਦੇ ਵਿੱਚ ਰੁਲਿਆ, ਕੱਖਾਂ ਵਾਂਗੂ ਰੋਲਿਆ। ਬਿਲਕੁਲ। ਇੱਦਾਂ ਜਿਵੇਂ ਕੱਖ ਰੋਲਦੇ ਆ, ਕੀੜੇ ਰੋਲਦੇ ਆ, ਇੱਦਾਂ ਮੈਂ ਰੋਲਦਾ ਸੀ। ਤੇ ਗੁਰੂ ਨੇ ਬਖਸ਼ਿਸ਼ ਕੀਤੀ, ਅੱਜ ਜੇਠੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਮਿਹਰ ਕੀਤੀ, ਭਾਈ ਜੇਠੇ ਨੂੰ ਧੰਨ ਗੁਰੂ ਰਾਮਦਾਸ ਬਣਾਤਾ। ਪਰ ਜਿਹੜੇ ਹੁਣ ਪੰਜਾਬ ਦੇ ਵਿੱਚ ਅਨਾਥ ਆਸ਼ਰਮ ਖੁੱਲ੍ਹ ਗਏ ਨੇ, ਕਹਿੰਦੇ ਨੇ ਬਹੁਤ ਸਾਰੇ ਬੱਚੇ ਨੇ ਅਨਾਥ ਆਸ਼ਰਮ ਦੇ ਵਿੱਚ ਜਿਹੜੇ ਬਹੁਤ ਦੁਖੀ ਨੇ, ਹਨਾ, ਬਹੁਤ ਸਾਰੇ ਕਹਿ ਰਹੇ ਆ ਕਿ ਅਨਾਥ ਆਸ਼ਰਮ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਜਾਂ ਅਨਾਥ ਆਸ਼ਰਮ ਦੇ ਵਿੱਚ ਜਿਹੜੇ ਬੱਚੇ ਨੇ ਉਹ ਪੜ੍ਹ ਰਹੇ ਨੇ, ਬਹੁਤ ਵਧੀਆ ਸਿੱਖਿਆ ਹਾਸਲ ਕਰ ਰਹੇ ਨੇ, ਬਹੁਤ ਕੁਛ ਕਰ ਰਹੇ ਨੇ, ਪਰ ਕਿਤੇ ਕਿਤੇ ਸੁਣਨ ਦੇ ਵਿੱਚ ਆਉਂਦਾ ਕਿ ਕਿਸੇ ਅਨਾਥ ਆਸ਼ਰਮ ਦੇ ਵਿੱਚ ਬੱਚਿਆਂ ਨਾਲ ਜ਼ਿਆਦਾ ਵਧੀਆ ਵਰਤਾਅ ਨਹੀਂ ਕੀਤਾ ਜਾਂਦਾ। ਅੱਜ ਹਾਲਾਤ ਇਸ ਕਦਰ ਬਣ ਗਏ ਆ, ਇੱਕ ਲਾਈਨ ਦੇ ਵਿੱਚ ਗੱਲ ਕਲੀਅਰ ਕਰ ਲੈਂਦੇ ਹਾਂ ਬਈ, ਕੁਝ ਸਮਾਂ ਹੁੰਦਾ ਸੀ, ਹਾਂਜੀ, ਦੋ ਸ਼ਬਦ ਨੇ, ਇੱਕ ਸ਼ਬਦ ਹੈ ਧਰਮ, ਦੂਸਰਾ ਸ਼ਬਦ ਹੈ ਧੰਦਾ। ਬਿਲਕੁਲ। ਪਰ ਸੱਚਾਈ ਇਹ ਹੈ ਵੀ ਅੱਜ ਧਰਮ ਨੂੰ ਵੀ ਧਰਮ ਨਹੀਂ ਰਹਿਣ ਦਿੱਤਾ। ਬਿਲਕੁਲ। ਧਰਮ ਦੇ ਨਾਂ ਥੱਲੇ ਧੰਦੇ ਬਹੁਤ ਚੱਲ ਗਏ, ਧੰਦੇ ਬਹੁਤ ਚੱਲ ਗਏ, ਬਹੁਤ ਚੱਲ ਗਏ। ਬਿਲਕੁਲ। ਧਰਮ ਦੇ ਨਾਂ ਥੱਲੇ, ਧਰਮ ਦੇ ਲਿਬਾਸ ਵਿੱਚ, ਤੇ ਧਰਮੀ ਹੈ ਨਹੀਂ ਪਰ ਧਰਮ ਦਾ ਦਿਖਾਵਾ। ਬਿਲਕੁਲ। ਉਹਨਾਂ ਬੰਦਿਆਂ ਨੇ, ਕਿਉਂਕਿ ਲੋਕਾਂ ਦਾ ਕੀ ਹੁੰਦਾ, ਇਮੋਸ਼ਨਲ ਭਾਵ ਜੁੜੇ ਹੁੰਦੇ ਆ। ਬਿਲਕੁਲ। ਇਮੋਸ਼ਨਲ ਭਾਵ ਜੁੜੇ ਹੁੰਦੇ ਆ, ਕੁਛ ਇੱਦਾਂ ਦੇ ਬੱਚਿਆਂ ਨੂੰ ਕੁਲੈਕਟ ਕਰਕੇ, ਕਈ ਵਾਰ ਇੱਦਾਂ ਹੁੰਦਾ ਵੀ ਜਿਹੜੀ ਸਟਾਰਟਿੰਗ ਹੁੰਦੀਆਂ ਨੇ ਕਿਸੇ ਚੀਜ਼ ਦੀ, ਜਿਵੇਂ ਮੰਨ ਲਓ ਕਿਸੇ ਜਿਹੜੀ ਸਟਾਰਟਿੰਗ ਕੀਤੀ ਜਾਂਦੀ ਆ ਕਿਸੇ ਵੀ ਚੀਜ਼ ਦੀ, ਜਾਂ ਅਨਾਥ ਆਸ਼ਰਮ ਦੀ ਸਟਾਰਟਿੰਗ ਹੋਈ ਆ, ਕਈ ਵਾਰੀ ਸਟਾਰਟਿੰਗ ਬਹੁਤ ਵਧੀਆ ਹੁੰਦੀ ਹੈ। ਬਿਲਕੁਲ। ਪਰ ਉਹਦੇ ਵਿੱਚ ਜਾ ਕੇ ਸਹਿਜੇ ਸਹਿਜੇ ਬਹੁਤ ਸਾਰੀਆਂ ਕੁਰੀਤੀਆਂ ਆ ਜਾਂਦੀਆਂ। ਬਿਲਕੁਲ। ਉਹ ਜਿਹੜਾ ਮੁੱਖ ਮਕਸਦ ਲਈ ਜਿੱਥੋਂ ਗੱਲ ਸ਼ੁਰੂ ਹੋਈ ਹੁੰਦੀ ਆ, ਉਹ ਗੱਲ ਬਿਲਕੁਲ ਕਿਨਾਰੇ ਚਲੀ ਜਾਂਦੀ ਹੈ ਜਾਂ ਉਹ ਗੱਲ ਬਿਲਕੁਲ ਪਾਸੇ ਹੋ ਜਾਂਦੀ ਆ। ਫਿਰ ਇਸ ਕਰਕੇ ਉਹ ਜਿਹੜੀ ਗੱਲ ਸ਼ੁਰੂਆਤ ਤੇ ਕਈ ਵਾਰੀ ਧਰਮ ਤੋਂ ਹੁੰਦੀ ਆ ਪਰ ਧੰਦੇ ਵਿੱਚ ਤਬਦੀਲ ਹੋ ਜਾਂਦੀ ਆ। ਬਿਲਕੁਲ। ਅੱਜ ਉਹ ਹਾਲਾਤ ਬਣੇ ਹੋਏ ਆ। ਬਿਲਕੁਲ। ਅੱਜ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਨਾ, ਸਾਰਿਆਂ ਪਾਸੇ ਧਰਮ ਵਾਲੇ ਪਾਸੇ ਵੀ ਬਣ ਗਏ ਤੇ ਬਾਕੀ ਲੋਕਾਂ ਦੇ ਇਮੋਸ਼ਨਲ ਸੁਭਾਅ ਦੇ ਨਾਲ ਖੇਡ ਕੇ ਖਿਲਵਾੜ ਕਰਕੇ ਲੋਕਾਂ ਕੋਲੋਂ, ਲੋਕਾਂ ਨਾਲ ਵੀ ਖਿਲਵਾੜ ਕੀਤਾ ਜਾਂਦਾ ਤੇ ਨਾਲ ਨਾਲ ਉਹਨਾਂ ਬੱਚਿਆਂ ਨਾਲ ਵੀ ਖਿਲਵਾੜ ਹੁੰਦਾ। ਬਿਲਕੁਲ। ਉਹਨਾਂ ਬੱਚਿਆਂ ਦੇ ਇਮੋਸ਼ਨ ਨਾਲ ਵੀ ਖੇਡਿਆ ਜਾਂਦਾ ਤੇ ਲੋਕਾਈ ਨਾਲ ਵੀ, ਲੋਕਾਂ ਨਾਲ ਵੀ, ਭੋਲੇ ਭਾਲੇ ਲੋਕਾਂ ਨਾਲ ਖਿਲਵਾੜ ਕਰਕੇ, ਜਿਹੜੀ ਆਪਾਂ ਪਹਿਲਾਂ ਗੱਲ ਵਿਚਾਰੀ ਬਈ, ਜੇ ਅਨਾਥ ਦਾ ਦੁੱਖ ਦਰਦ ਪੀੜਾ ਸਮਝਣਾ ਤੇ ਭਾਈ ਜੇਠਾ ਜੀ ਦਾ ਜੀਵਨ ਤੁਹਾਡੇ ਸਾਹਮਣੇ ਆ। ਬਿਲਕੁਲ। ਧੰਨ ਗੁਰੂ ਰਾਮਦਾਸ ਜੀ ਦਾ ਜੀਵਨ ਸਾਡੇ ਸਾਹਮਣੇ ਆ, ਮਾਤਾ ਪਿਤਾ ਚਲੇ ਗਏ। ਬਿਲਕੁਲ। ਬਾਕੀ ਤਾਂ ਛੱਡੀਏ, ਬਾਕੀ ਹੋਰ ਸਮਾਜ ਦੀ ਤਾਂ ਗੱਲ ਛੱਡੀਏ, ਚਾਚਿਆਂ ਤਾਇਆਂ ਤੇ ਮੁਹੱਲੇ ਵਿੱਚ ਰਹਿਣ ਵਾਲਿਆਂ ਸਾਰਿਆਂ ਨੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਬਿਲਕੁਲ। ਕਿੱਡੀ ਵੱਡੀ, ਕਿੱਡਾ ਵੱਡਾ ਦੁੱਖ ਆ। ਘਰਾਂ ਦੇ ਦਰਵਾਜ਼ੇ ਕਿਉਂ ਬੰਦ ਕਰ ਲਏ? ਵੀ ਕਿਤੇ ਜੇਠੇ ਨੂੰ ਸਾਂਭਣਾ ਨਾ ਪੈ ਜਾਏ, ਕਿਤੇ ਜੇਠੇ ਨੂੰ ਪ੍ਰਸ਼ਾਦਾ ਨਾ ਛਕਾਉਣਾ ਪੈ ਜਾਏ,
ਕਿਤੇ ਜੇਠੇ ਦੇ ਕੱਪੜੇ ਨਾ ਧੋਣੇ ਪੈ ਜਾਣ, ਕਿਤੇ ਜੇਠੇ ਨੂੰ ਨਹਾਉਣਾ ਨਾ ਪੈ ਜਾਏ, ਕਿਤੇ ਜੇਠੇ ਦਾ ਸਿਰ ਨਾ ਕਰਨਾ ਪੈ ਜਾਏ, ਲੋਕਾਂ ਦਰਵਾਜ਼ੇ ਬੰਦ ਕਰ ਲਏ। ਔਰ ਇੱਥੋਂ ਤੱਕ ਵੀ ਭਾਈ ਜੇ ਬੱਚਿਆਂ ਨੇ ਖੇਡਣ ਲਈ ਆਉਣਾ, ਜੇਠੇ ਬਚਪਨ ਦੇ ਦਿਨ ਬੱਚਿਆਂ ਦੇ ਨਾਲ ਖੇਡਣ ਜਾਣਾ ਜਾਂ ਬੱਚਿਆਂ ਨੇ ਖੇਡਣ ਵਾਸਤੇ ਆਉਣਾ, ਤੇ ਮਾਵਾਂ ਨੇ ਕਈ ਵਾਰੀ ਆਪਣੇ ਬੱਚੇ ਵੀ ਖਿੱਚ ਕੇ ਬਾਹਾਂ ਫੜ ਕੇ ਦੂਰ ਕਰ ਲੈਣੇ ਜਾਂ ਆਪਣੇ ਘਰਾਂ ਦੇ ਅੰਦਰ ਲੈ ਜਾਣਾ ਕਿ ਤੁਸੀਂ ਜੇਠੇ ਨਾਲ ਨਹੀਂ ਖੇਡਣਾ। ਕਿਉਂ? ਕਾਰਨ ਲੋਕਾਂ ਦੀਆਂ ਇਹ ਗੱਲਾਂ ਵੀ ਸੁਣਨੀਆਂ ਪਈਆਂ ਵੀ ਇਹ ਆਪਣੇ ਮਾਂ ਬਾਪ ਨੂੰ ਖਾ ਗਿਆ। ਕਿੱਡੇ ਕਿੱਡੇ ਦਰਦ ਜਿਹੜੇ ਆ, ਜਦੋਂ ਕੋਈ ਅਨਾਥ ਹੋ ਜਾਂਦਾ ਕਿੰਨੇ ਕੁ ਦਰਦ, ਕਿੰਨੀ ਕੁ ਪੀੜਾ ਜਿਹੜੀ ਆ ਸਹਾਰਨੀ ਪੈਂਦੀ। ਇੱਥੋਂ ਤੱਕ ਵੀ ਕਿ ਜਦੋਂ ਭਾਈ ਜੇਠਾ ਜੀ ਨੂੰ ਉਹਨਾਂ ਦੇ ਨਾਨੀ ਜੀ ਬਾਸਰ ਕੇ ਪਿੰਡ ਤੋਂ ਲੈਣ ਵਾਸਤੇ ਲਾਹੌਰ ਆਉਂਦੇ ਆ, ਚੂਨਾ ਮੰਡੀ ਲਾਹੌਰ ਆਉਂਦੇ ਆ, ਜਦੋਂ ਨਾਨੀ ਮਾਂ ਲੈ ਕੇ ਆਪਣੇ ਦੋਹਤੇ ਨੂੰ ਤੇ ਬਾਸਰ ਕੇ ਪਿੰਡ ਆਉਣ ਲੱਗਦੀ ਹੈ, ਉਸ ਵੇਲੇ ਕੀ ਹੁੰਦਾ ਬਈ? ਭਾਈ ਜੇਠਾ ਜੀ ਨੇ ਚਾਰ ਕੁ ਸ਼ਬਦ ਮੈਂ ਤੁਹਾਡੇ 'ਤੇ ਰੱਖਾਂਗਾ। ਸਭ ਤੋਂ ਪਹਿਲਾਂ ਵੀ ਕਈ ਵਾਰ ਇੱਦਾਂ ਹੁੰਦਾ ਕਿਸੇ ਗਰੀਬ ਦੇ ਕੋਲ ਕੋਈ ਬੈਗ ਨਾ ਹੋਵੇ, ਕੱਪੜਿਆਂ ਲਈ ਅਟੈਚੀ ਨਾ ਹੋਵੇ, ਲਿਫਾਫਾ ਵੀ ਨਾ ਹੋਵੇ। ਇੱਥੋਂ ਤੱਕ ਉਹ ਕੀ ਕਰਦਾ ਵੀ ਇੱਕ ਕੱਪੜਾ ਵਿਛਾ ਕੇ ਨਾ, ਕੱਪੜਾ ਵਿਛਾ ਕੇ ਉਹਦੇ ਵਿੱਚ ਕੱਪੜੇ ਰੱਖ ਕੇ ਤੇ ਪੰਡ ਬੰਨ, ਉਹ ਗੰਢ ਲਈ, ਹਾਂ ਉਹਨੂੰ ਕਹਿੰਦੇ ਕੱਪੜਿਆਂ ਦੀ ਪੰਡ। ਭਾਈ ਜੇਠਾ ਜੀ ਜਦੋਂ ਲਾਹੌਰ ਤੋਂ ਤੁਰੇ ਆ ਤੇ ਉਸ ਵੇਲੇ ਕੱਪੜਿਆਂ ਦੀ ਪੰਡ ਸਿਰ ਉੱਤੇ ਰੱਖੀ, ਨਾਨੀ ਦੇ ਨਾਲ ਤੁਰ ਪਏ, ਘਰ ਦਾ ਦਰਵਾਜ਼ਾ ਲਾਇਆ ਬੰਦ ਕੀਤਾ। ਜਦੋਂ ਉਹ ਘਰ ਦਾ ਦਰਵਾਜ਼ਾ ਲਾਇਆ, ਕੁੰਡਾ ਲਾਇਆ, ਤਾਲਾ ਵੱਜ ਗਿਆ ਘਰ ਨੂੰ, ਪਹਿਲਾਂ ਤਾਂ ਕਿਸੇ ਨੇ ਭਾਈ ਜੇਠੇ ਦੇ ਨੇੜੇ ਆਉਣ ਦਾ ਯਤਨ ਕੀਤਾ ਜਾਂ ਦਰਵਾਜ਼ਾ ਜਦੋਂ ਦਰਵਾਜ਼ਾ ਬੰਦ ਹੋਇਆ, ਕੁੰਡਾ ਲੱਗਾ ਜਾਂ ਤਾਲਾ ਲੱਗਾ, ਤੇ ਸਾਰੇ ਆਲਾ ਦੁਆਲਾ ਚਾਚੇ ਤਾਏ ਸ਼ਰੀਕਾ ਭਾਈਚਾਰਾ ਸਾਰਾ ਮੁਹੱਲਾ ਬਾਹਰ ਨਿਕਲ ਕੇ ਦਰਵਾਜ਼ੇ 'ਤੇ ਆ ਗਿਆ। ਜਦੋਂ ਤੁਰਨ ਲੱਗਾ ਨਾ ਜੇਠਾ, ਤੇ ਫਿਰ ਇੱਕ ਗੱਲ ਲੋਕਾਂ ਨੇ ਕਹੀ, ਕਹਿੰਦੇ ਬਈ ਜੇਠੇ ਦੇ ਘਰ ਨੂੰ ਤਾਲਾ ਵੱਜ ਗਿਆ, ਪਤਾ ਨਹੀਂ ਹੈ ਤਾਲਾ ਕਦੇ ਖੁੱਲੇ ਕਿ ਨਾ ਖੁੱਲੇ। ਅਨਾਥ ਦਾ ਦਰਦ, ਪਰ ਅਨਾਥ ਦੇ ਦਰਦ ਨੂੰ ਜੇ ਸਮਝਿਆ ਨਾਨੀ, ਨਾਨੀ ਮਾਂ ਨੇ ਸਮਝਿਆ, ਤੇ ਨਾਨੀ ਮਾਂ ਨੇ ਅੱਗੇ ਫਿਰ ਭਾਈ ਜੇਠੇ ਜੀ ਦਾ ਮਿਲਾਪ ਕਿਹਦੇ ਨਾਲ? ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਔਰ ਸੱਚਮੁੱਚ ਜਿਨ੍ਹਾਂ ਨੇ ਫਿਰ ਭਾਈ ਜੇਠਾ ਜੀ ਨੂੰ ਇਹ ਵੀ ਗੱਲ ਸਮਝਾ ਦਿੱਤੀ ਸੀ ਕਿ ਸਭਨਾਂ ਕਾ ਮਾਂ ਪਿਓ ਆਪ ਹੈ, ਗੁਰੂ ਕੀ ਬਾਣੀ ਦੇ ਬਚਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਾਕ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਜਿੱਥੋਂ ਬੱਚਨ ਆਰੰਭ ਹੁੰਦੇ ਨੇ, ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਅਨਾਥ, ਅਨਾਥ ਨੂੰ ਫਿਰ ਕੀ? ਨਾਥ ਮਿਲ ਗਿਆ, ਸੱਚਾ ਸਤਿਗੁਰੂ, ਧੰਨ ਗੁਰੂ ਅਮਰਦਾਸ ਮਹਾਰਾਜ। ਤੇ ਫਿਰ ਗੁਰੂ ਸਾਹਿਬਾਨ, ਗੁਰੂ ਨਾਨਕ ਦਾ ਘਰ ਤੇ ਹੈ ਹੀ ਇੱਦਾਂ ਦਾ, ਗੁਰੂ ਨਾਨਕ ਦੇ ਘਰ ਦਾ ਜਾਂ ਗੁਰਸਿੱਖੀ ਦਾ ਸਿਧਾਂਤ ਹੀ ਇਹ ਆ ਵੀ ਦੂਜੇ ਦਾ ਦੁੱਖ ਦਰਦ ਪੀੜਾ ਨੂੰ ਸਮਝਣਾ, ਪੀੜਾ ਨੂੰ ਸਮਝਣਾ ਨਹੀਂ, ਉਹਦੀ ਪੀੜ ਨੂੰ ਆਪਣੀ ਪੀੜ ਸਮਝਣਾ। ਥੋੜ੍ਹਾ ਜੀ ਭਾਈ ਜੇਠਾ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦੇ ਉੱਤੇ, ਜਦੋਂ ਵੇਖੋ ਬਾਸਰਕੇ ਤੋਂ ਜਦੋਂ ਲਾਹੌਰ ਤੋਂ ਤੁਰਦੇ ਆ ਤੇ ਕੱਪੜਿਆਂ ਦੀ ਪੰਡ, ਨਾਨੀ ਕੋਲ ਆਏ ਤੇ ਘੁੰਗੜੀਆਂ ਵਾਲਾ ਟੋਕਰਾ ਸਿਰ ਤੇ, ਤੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਗੋਇੰਦਵਾਲ ਸਾਹਿਬ ਚਲੇ ਗਏ ਤੇ ਉੱਥੇ ਜਾ ਕੇ ਬਾਉਲੀ ਸਾਹਿਬ ਦੀ ਮਿੱਟੀ ਦਾ ਟੋਕਰਾ, ਸੇਵਾ ਚੱਲਦੀ ਸੀ, ਬਾਉਲੀ ਦੀ ਤਿਆਰੀ ਹੁੰਦੀ ਸੀ, ਖੁਦਾਈ ਹੋ ਰਹੀ ਸੀ, ਉਹ ਟੋਕਰਾ ਚੁੱਕ ਲਿਆ। ਤੇ ਇੱਕ ਦਿਨ ਫਿਰ ਇੱਦਾਂ ਦਾ ਸਮਾਂ ਆਇਆ ਜਿਹੜੇ ਸੀਸ ਤੇ ਕਦੇ ਕੱਪੜਿਆਂ ਦੀ ਪੰਡ, ਕਦੇ ਘੁੰਗੜੀਆਂ ਦਾ ਛਾਬੜਾ, ਤੇ ਜਿਹਦੇ ਸਿਰ ਉੱਤੇ ਕਦੇ ਮਿੱਟੀ ਦਾ ਟੋਕਰਾ, ਉਸੇ ਸੀਸ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਿਆਈ ਰੱਖ ਦਿੱਤੀ, ਗੁਰਿਆਈ ਉਸ ਸੀਸ ਦੇ ਉੱਤੇ ਸਜਾ ਦਿੱਤੀ, ਤੇ ਭਾਈ ਜੇਠੇ ਨੂੰ ਧੰਨ ਗੁਰੂ ਰਾਮਦਾਸ ਜੀ ਬਣਾਤਾ, ਅਨਾਥਾਂ ਦਾ ਨਾਥ ਬਣਾਤਾ। ਔਰ ਇਹ ਪਰ ਅੱਜ ਦੇ ਸਮੇਂ ਦੇ ਵਿੱਚ ਅਨਾਥ ਬੱਚਿਆਂ ਨੂੰ ਇਕੱਠੇ ਕਰਕੇ ਤੇ ਇੱਦਾਂ ਕਹਿ ਲਈਏ ਵੀ ਬੱਚਿਆਂ ਦੇ ਇਮੋਸ਼ਨ ਦੇ ਨਾਲ ਵੀ ਖੇਡ ਕੇ ਤੇ ਲੋਕ ਇਮੋਸ਼ਨਲੀ ਹੁੰਦੇ ਆ, ਸੇਵਾ ਕਰਦੇ ਆ, ਕੁਝ ਚੰਦ ਕੁ ਬੰਦੇ, ਜਿਵੇਂ ਕੁਝ ਚੰਦ ਕੁ ਬਹੁਤ ਘੱਟ ਜਿਹੜੇ ਇਸ ਗੱਲ ਨੂੰ ਸਮਝਦੇ ਆ ਵੀ ਅਸੀਂ ਸ਼ੁੱਧ ਭਾਵ ਦੇ ਨਾਲ ਜਾਂ ਧਰਮ ਵਾਲੇ ਭਾਵ ਵਿੱਚ ਰੱਖ ਕੇ ਚੱਲੀਏ, ਨਹੀਂ ਤਾਂ ਬਹੁਤਾਤ ਨੇ ਧਰਮ ਨੂੰ ਧੰਦਾ ਬਣਾ ਲਿਆ, ਬਣਾ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ। ਕਈ ਵਾਰ ਸਾਨੂੰ ਇੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਨੇ ਸੰਸਾਰ ਵਿੱਚੋਂ ਜਾਂ ਇਸ ਦੇਸ਼ ਵਿੱਚੋਂ ਮਿਲਦੀਆਂ ਨੇ, ਕਈ ਵਾਰੀ ਬੱਚਿਆਂ ਨਾਲ ਬੜਾ ਮਾੜਾ ਵਰਤਾਅ ਕੀਤਾ ਜਾਂਦਾ, ਨਾਲ ਨਾਲ ਕਈ ਵਾਰੀ ਬੱਚੀਆਂ ਨਾਲ ਬੜਾ ਬੁਰਾ ਗਲਤ ਵਿਹਾਰ ਹੁੰਦਾ, ਖਬਰਾਂ ਕਈ ਵਾਰੀ ਮੀਡੀਆ ਦੇ ਰਾਹੀਂ ਸਾਡੇ ਸਾਹਮਣੇ ਆਉਂਦੀਆਂ ਨੇ। ਤੇ ਮੀਡੀਆ 'ਚ ਖਬਰ ਉਦੋਂ ਹੀ ਆਉਂਦੀ ਹੈ ਜਿਸ ਟਾਈਮ ਕੁਛ ਨਾ ਕੁਛ ਵਾਪਰਦਾ। ਕਹਿੰਦੇ ਨੇ, ਕਹਿੰਦੇ ਅੱਗ ਬਿਨਾਂ ਧੂੰਆਂ ਨਹੀਂ ਹੁੰਦਾ, ਧੂੰਆਂ ਨਹੀਂ ਨਿਕਲਦਾ, ਬਿਲਕੁਲ ਬਿਲਕੁਲ ਨਹੀਂ ਨਿਕਲਦਾ, ਹੈ ਨਾ? ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੁੰਦੀ ਹੈ ਤਾਂ ਹੀ ਮੀਡੀਆ ਦੇ ਵਿੱਚ ਗੱਲ ਆਉਂਦੀ, ਬਿਲਕੁਲ ਬਿਲਕੁਲ। ਤੇ ਸਾਡਾ ਅੱਜ ਦਾ ਜਿਹੜਾ ਵਿਸ਼ਾ ਸੀ ਅਨਾਥ ਆਸ਼ਰਮ, ਕਿ ਹੋਣੇ ਚਾਹੀਦੇ ਪੰਜਾਬ ਦੇ ਵਿੱਚ ਜਾਂ ਨਹੀਂ ਹੋਣੇ ਚਾਹੀਦੇ, ਹੈ ਨਾ? ਪੰਜਾਬ ਦੇ ਵਿੱਚ ਬਹੁਤ ਸਾਰੇ ਅਨਾਥ ਆਸ਼ਰਮ ਨੇ, ਤੁਸੀਂ ਦੱਸ ਹੀ ਦਿੱਤਾ ਕਿ ਧੰਦਾ ਬਣਾ ਕੇ ਚੱਲ ਜਾਂਦੇ, ਹੈ ਨਾ ਜੀ?
पर कुछ अनाथ आश्रम ने जिन्हां दे विच बच्चों नूं सही सिखलाई दिती जांदी, सही सिक्ख्या दिती जांदी, सही कम्मां दी सिखलाई दिती जांदी है कि उह अनाथ आश्रम ठीक ने। ते जिहड़े जगह जगह ते अनाथ आश्रम खुल गए ने, बंद होने चाहिए, बंद होने चाहिए। ते इहदे लई जे आपां कहीए कि सरकार बंद करावे, ढांचा खड़ा हुंदा ना, उन्हां ने सरकार कोलों अनाथ आश्रम दे नाते ग्रांटां लैणियां हुंदियां, उस नां दे उत्ते अनाथ आश्रम दा नाम वरत के ग्रांट आउंदी है, बिलकुल। वो बच्चियां लई पर उहनूं कित्थे वरतदे, उहनूं अपने परसनल पर्पज लई यूज कीता जांदा, बिलकुल। ਉਹਨਾਂ ਨੂੰ ਆਪਣੇ ਆਪਣੇ ਤੇ ਯੂਜ਼ ਕੀਤਾ ਜਾਂਦਾ, ਕਈ ਵਾਰੀ ਆਪਣੀ ਪ੍ਰੋਪਰਟੀ ਬਣਾਉਣ ਲਈ ਯੂਜ਼ ਕੀਤਾ ਜਾਂਦਾ, ਬਿਲਕੁਲ। ਜਾਂ ਆਪਣੇ ਐਸ਼ੋ ਆਰਾਮ ਲਈ ਯੂਜ਼ ਕੀਤਾ ਜਾਂਦਾ, ਬਿਲਕੁਲ। ਜਾਂ ਆਪਣੇ ਖਾਣਿਆਂ ਦਾਣਿਆਂ ਤੋਂ ਉਹਨੂੰ ਯੂਜ਼ ਕੀਤਾ ਜਾਂਦਾ, ਬਿਲਕੁਲ। ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਵੀ ਜੇ ਕਹੋ ਵੀ ਸਰਕਾਰ ਬੰਦ ਕਰਾਵੇ, ਕਿਉਂਕਿ ਸਰਕਾਰ ਨੇ ਬੰਦ ਨਹੀਂ ਕਰਾਉਣਾ, ਬਿਲਕੁਲ। ਇਹਦੇ ਲਈ ਤਾਂ ਸਾਨੂੰ ਆਪ ਹੀ ਪਹਿਲਕਦਮੀ ਕਰਨੀ ਪਊਗੀ, ਆਪ ਹੀ ਅਵੇਅਰਨੈਸ ਜਾਗਰੂਕ ਹੋਣਾ ਪਊਗਾ। ਗੁਰਬਾਣੀ ਨੇ ਸਪਸ਼ਟ ਸਾਡੇ ਸਾਹਮਣੇ ਇਹ ਸਿਧਾਂਤ ਰੱਖ ਦਿੱਤਾ ਜੀ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ, ਬਿਲਕੁਲ। ਇਹ ਕਾਫੀ ਹੱਦ ਤੱਕ ਬੰਦ ਹੋਣੇ ਚਾਹੀਦੇ। ਕਈ ਵਾਰ ਹੁੰਦਾ ਕਿ ਸਾਡੇ ਆਲੇ ਦੁਆਲੇ ਕੁਛ ਏਦਾਂ ਦੇ ਜੋੜੇ ਹੁੰਦੇ ਨੇ ਜੀ, ਪਰਮਾਤਮਾ ਹਮੇਸ਼ਾ ਔਰ ਸਭ ਨੂੰ ਜਿਹੜੇ ਧੀ ਤੇ ਪੁੱਤਰ ਦੀ ਔਲਾਦ ਦੀ ਦਾਤ ਸਭ ਨੂੰ ਦੇਵੇ, ਪਰ ਬਹੁਤ ਸਾਰੇ ਜੋੜੇ ਨੇ ਜਿਹਨਾਂ ਨੂੰ ਔਲਾਦ ਦੀ ਜਿਹੜੀ ਦਾਤ ਆ ਨਹੀਂ ਮਿਲੀ ਹੁੰਦੀ, ਜਾਂ ਔਲਾਦ ਕਿਸੇ ਨਾ ਕਿਸੇ ਮੈਡੀਕਲ ਕਾਰਨ ਕਰਕੇ ਨਹੀਂ ਹੋ ਪਾ ਰਹੀ, ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਅਡਾਪਟ ਕਰ ਲੈਣ। ਜਿਹੜੇ ਬੱਚੇ ਅਨਾਥ ਆਸ਼ਰਮ ਦੇ ਵਿੱਚ ਗਲਤ ਵਿਵਹਾਰ ਨਾਲ ਜਾ ਰਹੇ ਨੇ, ਪਰ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਘਰ ਦੇ ਵਿੱਚ ਬੱਚੇ ਨੂੰ ਅਡੋਪਟ ਕਰ ਲਿੱਤਾ ਜਾਂਦਾ, ਬੱਚੇ ਨੂੰ ਗੋਦ ਲਿਆ ਜਾਂਦਾ ਹੈ, ਬਹੁਤ ਵਾਰ ਸੁਣਿਆ ਕਿ ਅਨਾਥ ਆਸ਼ਰਮ ਦੇ ਵਿੱਚੋਂ ਬੱਚਾ ਗੋਦ ਲਿਆ ਜਾਂਦਾ, ਗੋਦ ਲੈਣ ਤੋਂ ਬਾਅਦ ਘਰਾਂ ਦੇ ਵਿੱਚ ਵੀ ਉਸਦੇ ਨਾਲ ਗਲਤ ਵਿਵਹਾਰ ਹਨ। ਇਹ ਵੀ ਗੱਲ ਤੁਹਾਡੀ ਬੜੀ ਧਿਆਨ ਦੇਣ ਯੋਗ ਆ, ਸੰਸਾਰ ਵਿੱਚ ਕੁਝ ਏਦਾਂ ਦੇ ਜੋੜੇ ਜੋੜੇ ਭਾਵ ਪਤੀ ਪਤਨੀ ਏਦਾਂ ਦੇ ਆ ਜਿਨ੍ਹਾਂ ਕੋਲ ਬੱਚੇ ਨਹੀਂ, ਬਿਲਕੁਲ। ਤੇ ਸੰਸਾਰ ਵਿੱਚ ਕੁਝ ਏਦਾਂ ਦੇ ਬੱਚੇ ਆ ਵੀ ਜਿਹਨਾਂ ਕੋਲ ਮਾਂ ਬਾਪ ਨਹੀਂ, ਮਾਂ ਬਾਪ। ਇਸ ਗੱਲ ਨੂੰ ਸਮਝਣਾ ਬਹੁਤ ਵਧੀਆ ਗੱਲ ਵਿਚਾਰਨ ਯੋਗ ਆ ਵੀ ਕੁਝ ਸੱਜਣ ਨੇ ਜਿਹੜੇ ਬੱਚੇ ਨੂੰ ਅਡੋਪਟ ਕਰ ਲੈਂਦੇ। ਮੈਂ ਆਪ ਜੀ ਦੇ ਨਾਲ ਆਪਣੇ ਜੀਵਨ ਦੀ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਦਾ ਵੀ ਸਾਡੀ ਪਤੀ ਪਤਨੀ ਦੇ ਵਿਚਾਰ ਆ ਵੀ ਅਸੀਂ ਇੱਕ ਬੱਚੀ ਨੂੰ ਅਡੋਪਟ ਕਰਨਾ, ਇੱਕ ਬੇਟਾ ਜੀ ਇੱਕ ਪੁੱਤਰ ਵਾਹਿਗੁਰੂ ਜੀ ਨੇ ਬਖਸ਼ਿਆ ਵੀ ਇੱਕ ਬੱਚੀ ਆਪਾਂ ਅਡੋਪਟ ਕਰਨੀ ਹੈ। ਕਿਸੇ ਸੱਜਣ ਦੇ ਨਾਲ ਮੇਰੀ ਗੱਲਬਾਤ ਇਸ ਤਰ੍ਹਾਂ ਹੋਈ, ਮੇਰੇ ਬੜੇ ਪਰਮ ਮਿੱਤਰ ਨੇ ਉਹ, ਉਹਨਾਂ ਨਾਲ ਮੇਰੀ ਗੱਲਬਾਤ ਚੱਲੀ ਤੇ ਉਹਨਾਂ ਨੇ ਮੇਰੀ ਇਸ ਜਿਹੜਾ ਮੈਂ ਤੁਹਾਡੇ ਨਾਲ ਕਹਿ ਰਿਹਾ ਬੱਚੀ ਅਡੋਪਟ ਕਰਨੀ ਹੈ ਇਹਦੇ ਸੰਬੰਧ ਵਿੱਚ ਉਹਨਾਂ ਨੇ ਇੱਕ ਓਬਜੈਕਸ਼ਨ ਖੜਾ ਕੀਤਾ ਮੇਰੇ 'ਤੇ। ਓਬਜੈਕਸ਼ਨ ਕੀ ਖੜਾ ਕੀਤਾ, ਕਹਿੰਦੇ ਵੀ ਕਿਸੇ ਦੀ ਬੱਚੀ ਜਿਹੜੀ ਤੁਸੀਂ ਅਡੋਪਟ ਕਰੋਗੇ ਉਹਦੇ ਸੰਸਕਾਰ ਕਿੱਦਾਂ ਬਦਲੋਗੇ। ਅਤੇ ਮੈਂ ਉਹਨਾਂ ਨੂੰ ਗੱਲ ਕਹੀ, ਮੈਂ ਕਿਹਾ ਸੰਸਕਾਰ ਤਾਂ ਕਈ ਵਾਰੀ ਸਾਡੇ ਆਪਣੇ ਬੱਚੇ 'ਤੇ ਵਿਗੜ ਜਾਂਦੇ ਜਿਹੜਾ ਸਾਡੇ ਆਪਣੇ ਘਰ 'ਚ ਪੈਦਾ ਹੋਇਆ ਹੋਵੇ, ਬਿਲਕੁਲ। ਜੇ ਸੰਸਕਾਰ ਬੱਚੇ ਦੇ ਤਬਦੀਲ ਕਰਨੇ ਆ ਤਾਂ ਉਹ ਕਿਹਦੇ ਵਿੱਚ ਤਾਕਤ ਆ, ਗੁਰਬਾਣੀ 'ਚ। ਬੱਚੇ ਨੂੰ ਬਾਣੀ ਨਾਲ ਜੋੜੀਏ, ਬੱਚੇ ਨੂੰ ਖੰਡੇ ਬਾਟੇ ਦੀ ਪੌਲ ਨਾਲ ਜੋੜੀਏ, ਬੱਚੇ ਨੂੰ ਸਿੱਖ ਇਤਿਹਾਸ ਗੁਰ ਇਤਿਹਾਸ ਦੇ ਪੰਨੇ ਜੇ ਬੱਚੀ ਨੂੰ ਅਡੋਪਟ ਕਰਦੇ ਹਾਂ ਤਾਂ ਮੈਂ ਕਹਿੰਦਾ ਵੀ ਉਸ ਬੱਚੀ ਦੇ ਅੱਗੇ ਤੁਸੀਂ ਮਾਤਾ ਗੁਜਰ ਕੌਰ ਦਾ, ਮਾਤਾ ਗੁਜਰੀ ਦੀ ਜੀ ਦਾ ਜੀਵਨ ਇਤਿਹਾਸ ਉਹਦੇ ਅੱਗੇ ਰੱਖੋ, ਮਾਤਾ ਭਾਨੀ ਜੀ ਦਾ ਜੀਵਨ ਇਤਿਹਾਸ ਉਹਦੇ ਅੱਗੇ ਰੱਖੋ। ਬਿਲਕੁਲ। ਉਹਦੇ ਅੱਗੇ ਇਤਿਹਾਸ ਦੀਆਂ ਹੋਰ ਬੜੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਡੀਆਂ ਇਤਿਹਾਸਕ ਜੀਵਨੀਆਂ ਜਿਹੜੀਆਂ ਆਪਣੀਆਂ ਮਾਤਾਵਾਂ ਭੈਣਾਂ ਦੀਆਂ ਰੱਖੀਏ, ਜਿਹਨੂੰ ਪੜ੍ਹ ਕੇ ਬੱਚੇ ਤੇ ਬੱਚੀ ਦੇ ਸੰਸਕਾਰ ਤਬਦੀਲ ਹੋ ਜਾਂਦੇ। ਕਹਿੰਦੇ ਨੇ ਨਾ ਇੱਕ ਜੰਮਦਾ ਬੱਚਾ ਜਿਹੜਾ ਹੁੰਦਾ ਉਹ ਕੋਰਾ ਕਾਗਜ਼ ਹੁੰਦਾ, ਉੱਤੇ ਅਸੀਂ ਜੋ ਲਿਖ ਦਾਂਗੇ ਬੱਚਾ ਉਹੀ ਹੋਊਗਾ। ਬਿਲਕੁਲ ਜੀ। ਤੇ ਇਸ ਕਰਕੇ ਕੁਛ ਬੱਚੇ ਏਦਾਂ ਦੇ ਹੁੰਦੇ ਆ ਜਿਹਨਾਂ ਕੋਲ ਮਾਂ ਬਾਪ ਨਹੀਂ ਹੁੰਦੇ, ਕੁਝ ਮਾਂ ਬਾਪ ਏਦਾਂ ਦੇ ਹੁੰਦੇ ਆ, ਪਤੀ ਪਤਨੀ ਏਦਾਂ ਦੇ ਹੁੰਦੇ ਜਿਹਨਾਂ ਕੋਲ ਬੱਚੇ ਨਹੀਂ ਹੁੰਦੇ, ਤੇ ਏਦਾਂ ਜੇ ਉਹ ਬੱਚਿਆਂ ਨੂੰ ਅਡੋਪਟ ਕਰ ਲੈਣ, ਬਿਲਕੁਲ। ਪਰ ਕਈ ਵਾਰ ਜਿਹੜਾ ਨਾ ਇਹਨਾਂ ਗੱਲਾਂ ਨੂੰ ਆਪਣੀ ਈਗੋ ਦੇ ਕਰਕੇ ਉਹ ਲੋਕ ਅਡੋਪਟ ਨਹੀਂ ਕਰਦੇ, ਬਿਲਕੁਲ। ਆਪਣੀ ਈਗੋ ਨੂੰ ਸਾਹਮਣੇ ਰੱਖ ਕੇ ਅਡੋਪਟ ਨਹੀਂ ਕਰਦੇ, ਜਾਂ ਕਈ ਵਾਰੀ ਵੀ ਬਗਾਨਾ ਜੀ ਇਸ ਸੋਚ ਵਿੱਚੋਂ ਸਾਨੂੰ ਬਾਹਰ ਨਿਕਲਣਾ ਪਊਗਾ। ਬਿਲਕੁਲ। ਬਾਹਰ ਨਿਕਲ ਕੇ ਹੀ ਜਿਹੜਾ ਵਾ ਬੱਚਿਆਂ ਦਾ ਵੀ ਭਲਾ ਹੋ ਸਕਦਾ, ਸਾਡਾ ਵੀ ਭਲਾ ਹੋ ਸਕਦਾ, ਔਰ ਬਹੁਤ ਵਧੀਆ ਸਟੈਪ ਆ ਜੇ ਕਿਤੇ ਇਹ ਸਟੈਪ ਸਮਾਜ ਪੁੱਟ ਲਵੇ, ਬਿਲਕੁਲ। ਤੇ ਇਹਦੇ ਨਾਲ ਦੋਹਾਂ ਪੱਖਾਂ ਦਾ ਹੀ ਭਲਾ ਹੋ ਸਕਦਾ, ਬਿਲਕੁਲ। ਜਿਹੜਾ ਸਮਾਜ ਦੇ ਵਿੱਚ ਕਾਫੀ ਹੱਦ ਤੱਕ ਸੁਧਾਰ ਆ ਸਕਦਾ ਹੈ, ਬੱਚੇ ਜਾਂ ਕਹਿ ਸਕਦੇ ਆ ਕਿ ਰੁੱਲ ਰਹੇ ਆ ਜੀ, ਕਿਉਂਕਿ ਉਹ ਰੁੱਲਣਾ ਹੁੰਦਾ ਮਾਂ ਬਾਪ ਦੇ ਬਿਨਾਂ, ਜਦੋਂ ਮਾਂ ਬਾਪ ਦੇ ਸਿਰ ਤੇ ਸਾਇਆ ਨਹੀਂ ਤੇ ਉਹਨਾਂ ਨੂੰ ਪ੍ਰੋਪਰ ਸਿੱਖਿਆ ਨਹੀਂ ਮਿਲਣੀ, ਸੰਸਕਾਰ ਨਹੀਂ ਮਿਲ ਰਹੇ, ਤਾਂ ਉਹ ਰੁੱਲਣਾ ਹੁੰਦਾ ਜੀ। ਉਹ ਫਿਰ ਕਹਿੰਦੇ ਨਾ ਕਿ ਅੱਜ ਸਮਾਜ ਦੇ ਵਿੱਚ ਸਾਡੇ ਬਹੁਤ ਸਾਰਾ ਯੂਥ ਹੈ ਜਿਹੜਾ ਰੁੱਲ ਰਿਹਾ, ਨਸ਼ਿਆਂ ਦੇ ਵਿੱਚ ਗਲਤਾਨ ਹੋ ਰਿਹਾ ਜਾਂ ਕੁਛ ਵੀ ਗਲਤ ਕੰਮ ਹੋ ਰਿਹਾ, ਚੋਰ ਬਣ ਰਹੇ ਨੇ ਜੀ, ਉਹ ਸੰਸਕਾਰਾਂ ਦੀ ਵਜ੍ਹਾ ਨਾਲ ਹੋ ਰਿਹਾ। ਜੇ ਉਹਨਾਂ ਨੂੰ ਸਹੀ ਸੰਸਕਾਰ ਮਿਲਣਗੇ ਤੇ ਬੱਚਾ ਕੋਰੀ ਕਿਤਾਬ ਦੀ ਤਰ੍ਹਾਂ ਹੁੰਦਾ,
ਪਹਿਲਾਂ ਵੀ ਅਸੀਂ ਗੱਲ ਕੀਤੀ, ਬੱਚਾ ਕੋਈ ਕਿਤਾਬ ਦੀ ਤਰ੍ਹਾਂ ਹੁੰਦਾ, ਜੇ ਉਹ ਅਸੀਂ ਲਿਖ ਦੇਵਾਂਗੇ ਬੱਚਾ ਉਹੀ ਕਰੂਗਾ, ਤੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣੀ ਪਵੇਗੀ। ਤੇ ਜਿਹੜੇ ਅਨਾਥ ਆਸ਼ਰਮ ਨੇ, ਇਹਨਾਂ ਦੀ ਸ਼ੁਰੂਆਤ ਕੀਤੀ ਸੀ ਇੱਕ ਬਹੁਤ ਵਧੀਆ ਸਹੀ ਵੇ ਨਾਲ, ਚੰਗੀ ਸੋਚ ਦੇ ਨਾਲ ਇਹਦੀ ਸ਼ੁਰੂਆਤ ਹੋਈ ਸੀ ਪਿੰਗਲਵਾੜਾ ਅੰਮ੍ਰਿਤਸਰ ਸਾਹਿਬ। ਹਾਂਜੀ, ਮੈਂ ਉਸ ਦੇ ਉੱਤੇ ਬਹੁਤ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਚਾਹਾਂਗਾ ਕਿ ਅਸਲ ਵਿੱਚ ਜੋ ਸੰਤ, ਮੈਂ ਸਮਝਦਾ ਜੀ ਬਿਲਕੁਲ, ਅਸਲ ਵਿੱਚ ਜੋ ਸੰਤ ਸ਼ਬਦ ਵੇਖੋ ਨਾ ਕਿੱਡਾ ਪਿਆਰਾ, ਭਗਤ ਭਗਤ, ਹਾਂਜੀ, ਅੱਗੇ ਪੂਰਨ, ਹਾਂਜੀ, ਨਾਲ ਸਿੰਘ, ਬਿਲਕੁਲ, ਜਿਹੜੀ ਸ਼ੁਰੂਆਤ ਉਹ ਕਰ ਗਏ ਕਿਸੇ ਨੇ ਨਹੀਂ ਕਰਨੀ, ਜਿਹੜਾ ਕੰਮ ਉਹ ਕਰ ਗਏ। ਮੈਂ ਇੱਥੇ ਸਪਸ਼ਟ ਸ਼ਬਦਾਂ ਵਿੱਚ ਕਹਾਂਗਾ, ਸੰਤ ਹੋਣਗੇ ਬੜੇ, ਬਿਲਕੁਲ, ਸੰਤ ਅਵਸਥਾ ਵਾਲੇ ਬੜੇ ਪਿਆਰੇ ਹੋਣਗੇ, ਪਰ ਜਿਹੜਾ ਕਾਰਜ ਭਗਤ ਪੂਰਨ ਸਿੰਘ ਵਰਗੇ, ਮੈਂ ਇੱਥੇ ਇਹ ਵੀ ਗੱਲ ਜ਼ੋਰ ਦੇ ਕੇ ਕਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਗੁਰਮਤਿ ਸਮਾਗਮ, ਜਿਹਨੂੰ ਆਪਾਂ ਜੇ ਕਹਿ ਲਈਏ ਵੱਡੀਆਂ ਵੱਡੀਆਂ ਬਰਸੀਆਂ, ਬਿਲਕੁਲ, ਪੰਜਾਬ ਦੀ ਧਰਤੀ 'ਤੇ ਸੰਤਾਂ ਦੀਆਂ ਮਨਾਈਆਂ ਜਾਂਦੀਆਂ, ਬਿਲਕੁਲ, ਪਰ ਵਿਚਾਰਨ ਦੀ ਲੋੜ ਆ ਕਿ ਤੇ ਉਸ ਸੰਤ ਨੂੰ ਯਾਦ ਕਰੋ ਜਿਹਨੂੰ ਅੱਜ ਦੁਨੀਆ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਕਹਿ ਕੇ ਯਾਦ ਕਰਦੇ, ਬਿਲਕੁਲ, ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆ ਪਿੰਗਲਵਾੜੇ ਦੀ, ਸਰਦਾਰ ਪਿਆਰਾ ਸਿੰਘ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਘੱਟੋ ਘੱਟ 10-12-14 ਸਾਲ ਆਪਣੇ ਮੋਢਿਆਂ 'ਤੇ ਚੁੱਕ ਕੇ ਤੁਰੇ ਫਿਰਦੇ ਰਹੇ, ਜਿਨ੍ਹਾਂ ਨੇ ਫਿਰ ਜਿੱਥੇ ਅੱਜ ਵੀ ਹੁੰਦੀ ਆ ਬੱਚਿਆਂ ਨੂੰ ਬਹੁਤ ਸੋਹਣੀਆਂ ਸਹੂਲਤਾਂ, ਪੜ੍ਹਾਈ ਵਾਲੇ ਪੱਖ 'ਤੇ ਵੀ, ਬਿਲਕੁਲ, ਖਾਣੇ ਵਾਲੇ ਪੱਖ 'ਤੇ ਵੀ, ਬਿਲਕੁਲ, ਆ ਪਿੱਛੇ ਦੀ ਗੱਲ ਆ ਇੱਕ ਬੱਚੀ ਮੈਡਲ ਲੈ ਕੇ ਆਈ ਆ ਸੋਨੇ ਦਾ, ਬਿਲਕੁਲ, ਹਾਂ, ਸਲਿਊਟ ਆ ਜੀ, ਇਸ ਕਰਕੇ ਸਲਿਊਟ ਆ ਭਗਤ ਪੂਰਨ ਸਿੰਘ ਉਹਨਾਂ ਦੀ ਕੀਤੀ ਹੋਈ ਘਾਲਣਾ ਨੂੰ, ਉਹਨਾਂ ਦੀ ਕੀਤੀ ਹੋਈ ਸੇਵਾ ਨੂੰ, ਜਿਹੜਾ ਉਹਨਾਂ ਨੇ ਇਹ ਪਿੰਗਲਵਾੜਾ ਬਣਾ ਕੇ ਸੰਸਾਰ ਦੇ ਵਿੱਚ ਖੜਾ ਕੀਤਾ। ਕੇਵਲ ਉਹਨਾਂ ਨੇ ਪਿੰਗਲਵਾੜਾ ਹੀ ਨਹੀਂ ਬਣਾਇਆ, ਜੇ ਕਿਤੇ ਕੌਮ ਦੇ ਲਈ, ਜੋ 1984 ਦਾ ਘੱਲੂਘਾਰਾ ਵਾਪਰਦਾ, ਜਦੋਂ ਜੂਨ 1984 ਦਾ ਘੱਲੂਘਾਰਾ ਵਾਪਰਦਾ, ਤੇ ਫਿਰ ਉਹ ਜਿਹੜਾ ਉਹਨਾਂ ਨੂੰ ਪਦਮ ਸ਼੍ਰੀ ਦਾ ਮੈਡਲ ਦਿੱਲੀ ਵੱਲੋਂ ਮਿਲਿਆ, ਚੱਕ ਕੇ ਉਹਨਾਂ ਦੇ ਪੈਰਾਂ ਵਿੱਚ ਮਾਰਿਆ, ਮੈਨੂੰ ਲੋਟ ਨਹੀਂ ਗੀ, ਮੈਨੂੰ ਮੈਡਲ ਨਹੀਂ ਪਿਆਰਾ, ਮੈਨੂੰ ਆਪਣੀ ਕੌਮ ਪਿਆਰੀ ਹੈ, ਬਿਲਕੁਲ, ਸਲੂਟ ਕਰਦੇ ਉਹਨਾਂ ਨੂੰ, ਉਹਨਾਂ ਦੀ ਕੀਤੀ ਹੋਈ ਘਾਲਣਾ ਨੂੰ, ਤੇ ਉਹਨਾਂ ਨੇ ਜਿਹੜਾ ਕਾਰਜ ਅੱਜ ਵੀ ਕੀਤਾ ਚੱਲ ਰਿਹਾ, ਚੜ੍ਹਦੀ ਕਲਾ ਵਿੱਚ ਚੱਲ ਰਿਹਾ, ਵਾਹਿਗੁਰੂ ਹੋਰ ਕਿਰਪਾ ਕਰੇ। ਸੋ ਇਸ ਤਰ੍ਹਾਂ ਜੇ ਕਿਤੇ ਬੱਚਿਆਂ ਦੀ ਸਾਂਭ ਸੰਭਾਲ ਸਹੀ ਅਰਥਾਂ ਵਿੱਚ, ਉੱਥੇ ਸਹੀ ਅਰਥਾਂ ਵਿੱਚ ਅੱਜ ਵੀ ਹੈ, ਅੱਜ ਵੀ ਹੈ, ਹੈ ਅੱਜ ਵੀ ਹੈ, ਵੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੁਛ ਜਿਹੜੇ ਨੇ ਬਹੁਤ ਵਧੀਆ ਤਰੀਕੇ ਨਾਲ ਅਨਾਥ ਆਸ਼ਰਮ ਚੱਲ ਰਹੇ, ਚੱਲ ਰਹੇ, ਪਰ ਬਹੁਤੇ ਜਿਹੜੇ ਇਹਨਾਂ ਨੂੰ ਧੰਦਾ ਧੰਦਾ ਬਣਾ ਲਿਆ ਗਿਆ, ਬਣਾ ਲਿਆ ਗਿਆ ਜੀ। ਤੇ ਬੱਸਾਂ ਦੇ ਵਿੱਚ ਦੇਖਦੇ ਆ ਆਪਾਂ ਜੀ, ਬੱਸਾਂ ਦੇ ਵਿੱਚ ਦੇਖਦੇ, ਗੱਡੀਆਂ ਦੇ ਵਿੱਚ ਦੇਖਦੇ, ਅਨਾਥ ਆਸ਼ਰਮ ਦੇ ਨਾਂ ਤੇ ਲੋਕ ਮੰਗ ਰਹੇ ਆ। ਉਹ ਵੇਖੋ, ਅਨਾਥ ਆਸ਼ਰਮ ਦੇ ਨਾਂ ਤੇ ਮੰਗ ਰਹੇ ਆ, ਦੁਕਾਨਾਂ ਤੇ ਜਾ ਕੇ ਅਤੇ ਘਰ ਘਰ ਦੇ ਦਰਵਾਜ਼ਿਆਂ ਉੱਤੇ ਜਾ ਕੇ ਵੀ ਕਈ ਵਾਰ ਪਰਚੀਆਂ ਕੱਟੀਆਂ ਜਾਂਦੀਆਂ, ਪਰਚੀਆਂ ਕੱਟ ਰਹੇ, ਹਾਲਾਂਕਿ ਇਹ ਨਿਯਮ ਨਹੀਂ ਗਾ। ਬਿਲਕੁਲ, ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ ਕਿ ਬੱਸਾਂ ਦੇ, ਮੈਂ ਕਈ ਵਾਰ ਆਪਣੀ ਅੱਖਾਂ ਦੇ ਨਾਲ ਦੇਖਿਆ, ਔਰ ਫਿਰ ਉਹਨਾਂ ਨਾਲ ਜਿਹੜੇ ਪਰਚੀਆਂ ਕੱਟ ਰਹੇ ਘਰ ਦੇ ਦਰਵਾਜ਼ੇ 'ਚ ਆ ਕੇ ਪਰਚੀਆਂ ਕੱਟਦੇ ਆ, ਕਈ ਵਾਰ ਉਹਨਾਂ ਸੱਜਣਾਂ ਨੂੰ ਪੁੱਛਿਆ ਵੀ ਇਹ ਕਾਰਨ, ਜਾਂ ਅਸੀਂ ਉੱਥੇ ਜਾ ਕੇ ਖੁਦ ਸੇਵਾ ਕਰਾਂਗੇ, ਕਿਉਂਕਿ ਆਪਣਾ ਸੁਭਾਅ, ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਹੀ ਬਖਸ਼ਿਸ਼ ਕੀਤਾ ਜੀ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚਿਆ ਦਾ, ਸਾਨੂੰ ਤਾਂ ਸਿਧਾਂਤ, ਜਿੱਥੇ ਗੁਰੂ ਸਾਹਿਬ ਨੇ ਇਹ ਸਿਧਾਂਤ ਦਿੱਤਾ ਨਾ, ਘਰ ਖਾਏ ਕਿਸੇ ਹੱਥੋਂ ਦੇ, ਮਿਹਨਤ ਕਰ ਤੇ ਆਪਣੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਕਿਸੇ ਲੋੜਵੰਦ ਦੀ ਮਦਦ ਕਰ, ਜਾਂ ਭਾਈ ਗੁਰਦਾਸ ਜੀ ਦੀ ਵਚਨ ਬੜੇ ਪਿਆਰੇ ਆ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ, ਭਾਈ ਗੁਰਦਾਸ ਜੀ। ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਵਿਚਾਰ ਇਹ ਰਹੇ ਹਾਂ ਵੀ ਦੇਣ ਲੱਗੇ ਹਾਂ, ਸਾਨੂੰ ਅਕਲ ਦੀ ਵਰਤੋਂ ਕਰਨੀ ਪਏਗੀ, ਕਰਨੀ ਪਏਗੀ, ਬਿਲਕੁਲ। ਕੀ ਹੁੰਦਾ, ਜਿਹੜੇ ਸੱਜਣ ਕਈ ਵਾਰੀ ਘਰ ਜਾ ਕੇ ਪਰਚੀਆਂ ਕੱਟਦੇ ਆ, ਤੇ ਕਈ ਵਾਰ ਜਦੋਂ ਉਹਨਾਂ ਨਾਲ ਅਸੀਂ ਡੀਪਲੀ ਜਾ ਕੇ ਗੱਲ ਕਰਦੇ ਹਾਂ, ਫਿਰ ਉਹ ਉਹਨਾਂ ਦਾ ਅੱਗੋਂ ਵਿੱਚੋਂ ਨਿਕਲਦਾ ਕੀ ਆ, ਇਹਦੇ ਵਿੱਚੋਂ ਸਾਨੂੰ 1% ਸਾਨੂੰ ਮਿਲਦਾ। ਵੇਖੋ ਇਹ ਰੁਝਾਨ, ਇਹਨੂੰ ਕੀ ਕਹਾਂਗੇ, ਧੰਦਾ, ਇਹ ਧੰਦਾ ਬਣ ਗਿਆ, ਇਹ ਧੰਦਾ ਬਣ ਗਿਆ ਅੱਜ ਵੀ, ਘਰਾਂ 'ਚ ਭੇਜੋ, ਬੱਸਾਂ ਵਿੱਚ ਭੇਜੋ, ਜਾਂ ਹੋਰ ਤਰੀਕੇ ਦੁਕਾਨਾਂ 'ਤੇ ਭੇਜੋ, ਮੰਗ ਕੇ ਲਿਆਓ, ਇੰਨਾ ਸਾਡਾ ਅਤੇ ਇੰਨਾ ਤੁਹਾਡਾ, ਬਿਲਕੁਲ, ਆਹ ਧੰਦਾ ਬਣ ਗਿਆ। ਔਰ ਕਈ ਵਾਰ ਹੁੰਦਾ ਨਾ, ਮੈਂ ਆਪਣੀ ਅੱਖਾਂ ਉਹੀ ਗੱਲ ਤੁਹਾਨੂੰ ਕਰਨ ਲੱਗੀ ਸੀ, ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਬੱਸ ਦੇ ਵਿੱਚ ਬੰਦਾ ਅਨਾਥ ਆਸ਼ਰਮ ਦੇ ਨਾਂ ਤੇ ਮੰਗ ਕੇ, ਉਹੀ ਬੰਦਾ ਸ਼ਾਮ ਦੇ ਟਾਈਮ ਉਹਨੂੰ ਮੈਂ ਦੇਖਦੀ ਹਾਂ ਸ਼ਰਾਬ ਦੇ ਠੇਕੇ ਅੱਗੇ ਖੜਾ ਸ਼ਰਾਬ ਪੀ। ਕਿ ਇਹਨਾਂ ਨੂੰ ਸਿਰਫ ਇਹ ਨਹੀਂ ਕਿ ਅਨਾਥ ਆਸ਼ਰਮ ਦੇ ਵਿੱਚ ਧੰਦਾ ਚੱਲ ਰਿਹਾ, ਉਹਨਾਂ ਦੇ ਇੰਨਾ ਕੁ ਬੜਾਵਾ ਦੇਣ ਤੋਂ ਕਿ ਤੁਸੀਂ 1% ਦੇਵਾਂਗੇ ਤੁਹਾਨੂੰ ਅਨਾਥ ਆਸ਼ਰਮ ਦੇ ਨਾਂ ਤੇ ਔਰ ਵੇਖਾ ਵੇਖੀ ਬਹੁਤ ਸਾਰੇ ਜਿਹਨਾਂ ਨੂੰ ਅਨਾਥ ਆਸ਼ਰਮ ਦਾ ਪਤਾ ਵੀ ਨਹੀਂ ਹੋਣਾ ਕਿੱਥੇ ਆ, ਕਿੱਥੇ ਉਹਦੀ ਬਿਲਡਿੰਗ ਬਣੀ ਆ, ਉਹਦੇ ਵਿੱਚ ਕਿੰਨੇ ਬੱਚੇ ਆ, ਜਿਹਨਾਂ ਨੂੰ ਪਤਾ ਵੀ ਨਹੀਂ ਹੋਣਾ, ਉਹ ਵੀ ਅਨਾਥ ਆਸ਼ਰਮ ਦੇ ਨਾਂ ਤੇ ਮੰਗ ਕੇ ਆਪਣਾ ਧੰਦਾ ਕਰ ਰਹੇ ਜੀ। ਤੇ ਇੱਥੇ ਆਪਾਂ ਸਾਰਿਆਂ ਨੂੰ ਇਹੀ, ਜਿਹਨਾਂ ਜਿੰਨੇ ਵੀ ਕਿਸੇ ਨੇ
ਕਿਸੇ ਦੀ ਗਰੀਬ ਦੀ ਕਿਸੇ ਲੋੜਵੰਦ ਕਿਉਂਕਿ ਗੁਰਮਤ ਦਾ ਸਿਧਾਂਤ ਆ ਕਿਸੇ ਗਰੀਬ ਦੀ ਕਿਸੇ ਲੋੜਵੰਦ ਦੀ ਕਿਸੇ ਦੁਖੀ ਦੀ ਮਦਦ ਕਰਨਾ ਪਰ ਉਹਦੇ ਨਾਲ ਨਾਲ ਅਕਲੀ ਟੀਚਾ ਦਾਨ ਵਾਲਾ ਸਿਧਾਂਤ ਵੀ ਸਮਝ ਰੱਖ ਕੇ ਸਾਨੂੰ ਨਾਲ ਚੱਲਣਾ ਪੈਗਾ ਕਿਉਂਕਿ ਤੁਹਾਡੇ ਦਿੱਤੇ ਹੋਏ ਦਸਵੰਦ ਦੀ ਵਰਤੋਂ ਗਲਤ ਨਾ ਹੋਵੇ ਜਾਂ ਤੁਸੀਂ ਆਪਣੇ ਹੱਥਾਂ ਨਾਲ ਖੁਦ ਜਾ ਕੇ ਸੇਵਾ ਕਰਕੇ ਹੋ ਵੇਖ ਕੇ ਸੇਵਾ ਕਰਕੇ ਹੋ ਬਿਲਕੁਲ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਤਾਂ ਹੀ ਸੁਧਾਰ ਜਿਹੜਾ ਇਸ ਤਰੀਕੇ ਨਾਲ ਹੋ ਸਕਦਾ ਮਾਲਕ ਮਿਹਰ ਕਰੇ ਸੁਧਾਰ ਦੀ ਆਸ ਕਰਦੇ ਹਾਂ ਇਸ ਤਰੀਕੇ ਨਾਲ ਹੋ ਜਾਏ ਤੇ ਅੱਜ ਦੇ ਐਪੀਸੋਡ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਕਰਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਵਿਚਾਰ ਵਟਾਂਦਰਾ ਹੁਣ ਸਾਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ